ਤੇ ਬਾਕੀ ਤਾਂ ਟੈਲੈਂਟ ਤਾਂ ਅੱਜ ਕੱਲ੍ਹ ਚੱਲਦਾ ਨਹੀਂ, ਕੋਈ ਟੈਲੈਂਟ ਤਾਂ ਕੋਈ ਦੇਖਦਾ ਨਹੀਂ, ਅੱਜ ਕੱਲ੍ਹ ਤਾਂ ਕੁਛ ਹੋਰ ਹੀ ਬਸ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਫਿਰ ਦੀ ਸ਼ੁਰੂਆਤ ਫਿਰ ਉਬਲੀ ਹੋਈ ਸੱਲੀ ਸਵੀਟ ਕੌਰਨ ਨਾਲ। ਕਿਵੇਂ ਖਲਾਰਾ ਪਾਇਆ, ਸਾਰਾ ਵਾਪਸ ਪਾਉਣਾ ਇਹ ਹੈ? ਹੈ ਨਹੀਂ, ਖਲਾਰਾ ਨਹੀਂ ਪਾਉਣਾ, ਪਹਿਲਾਂ ਬਥੇਰਾ ਖਲਾਰਾ ਗਾ। ਰਿੰਕੂ ਜੀ ਵੀ ਸਵੀਟ ਕੌਰਨ ਤੜਕੇ ਤੜਕੇ ਇੱਕ ਵਾਰੀ ਜ਼ਿਆਦਾਤਰ ਆਪਾਂ ਹਰਿਦੁਆਰ ਖਾਧੀ ਸੀ, ਇਹ ਆਪਣੇ ਉਲਟੀ ਆ ਗਈ ਸੀਗੀ ਨੈਨੀਤਾਲ ਸੱਚ ਉੱਥੇ। ਨਾ ਫਟਾਫਟ ਦੁਕਾਨ ਤੇ ਜਾਣਾ, ਬੇਬੇ ਦੇ ਬਿਆਨ ਦੇ ਕੀ ਕਰੀਏ, ਕਸਟਮਰ ਹੀ ਨਹੀਂ ਆਉਂਦਾ 12 ਵਜੇ ਤੱਕ, ਤਾਂ ਕਰਕੇ ਚਲੋ ਜੀ ਆਪਣਾ ਨੂੰ ਕੇ ਦੁਕਾਨ 'ਤੇ ਚੱਲਦੇ ਹਾਂ, ਫਿਰ ਮਿਲਦੇ ਹਾਂ। ਨਹਾ ਕੇ ਆਪਾਂ ਚੱਲੇ ਹਾਂ ਦੁਕਾਨ 'ਤੇ ਅਤੇ ਉਹ ਕੀ ਬਣਾਤਾ, ਜਲਦੀ ਆ ਜਲਦੀ ਖੜੇ ਇੱਥੇ ਆਊਗਾ, ਤੁਹਾਨੂੰ ਦਿਖਾਉਣਾ ਮੈਂ ਕੀ ਚੀਜ਼ ਹੈਗੀ, ਜਲਦੀ ਆ ਜਾ। ਓਏ ਤੋਰ ਲਓ ਨੀ ਯਾਰ, ਉਹ ਦੇਖੋ ਕੀ ਲੱਛਣ ਕਰੀ ਜਾਂਦਾ ਖੜ ਜਾ, ਆ ਗਿਆ ਪੈਂਟ ਕੋਟ ਨਾਲ, ਦੇਖੋ ਕੀ ਹਾਲ ਟੋਪਾ ਲਿਆ। ਬੱਚੇ ਤੁਝੇ ਪਤਾ ਹੈ ਪੈਂਟ ਕੋਟ ਪਹਿਨਣੇ ਸੇ ਪਹਿਲੇ ਨਹਾਉਣਾ ਪੜਤਾ ਹੈ, ਜਲਦੀ ਰਿਹਾ ਇਹਨੂੰ। ਹੈਲੋ, ਇਹ ਦੇਖੋ ਇਹ ਆ ਗਿਆ ਲਗਾਵਟ, ਪੈਂਟ ਕੋਟ ਪਹਿਨ ਰੱਖਾ ਹੈ, ਉੱਪਰ ਸੇ ਬੰਦਰ ਵਾਲਾ ਟੋਪਾ, ਜਲਦੀ ਛੱਡ ਦੇਣਾ ਇਹਨੂੰ ਯਾਰ, ਉਤਰੂਗਾ ਫੇਰ ਹੀ ਉਤਰੂਗਾ, ਕੀ ਲੱਛਣ ਕਰੀ ਜਾਂਦਾ ਹੈ। ਚਲੋ ਛੱਡ ਦੂੰਗਾ ਮੈਂ, ਦੇਖ ਲਾ ਫਿਰ, ਚਲੋ ਇਹਨੂੰ ਦੁਕਾਨ ਸਕੂਲ ਛੱਡ। ਲਓ ਜੀ ਆਪਾਂ ਡੇਲੀ ਰੂਟੀਨ ਦੀ ਤਰ੍ਹਾਂ ਦੁਕਾਨ 'ਤੇ ਆ ਗਏ, ਅਤੇ ਉਹੀ ਉਮੇ ਜਿਵੇਂ ਤੁਸੀਂ ਪਹਿਲਾਂ ਦੇਖਦੇ ਹੋ, ਸਫਾਈ ਕਰਨੀ ਆ ਅਤੇ ਬੁੱਚੇ ਬੱਚੇ ਲਾਉਣੇ ਆ, ਸਮਾਨ ਦੀ ਸੈਟਿੰਗ ਵੈਟਿੰਗ ਕਰਨੀ ਆ, ਅਤੇ ਉਸ ਤੋਂ ਬਾਅਦ 10-11-12 ਵਜੇ ਤੋਂ ਬਾਅਦ ਕਸਟਮਰ ਅਟੈਂਡ ਹੁੰਦਾ ਗਾ। 9:30 ਵੱਜ ਗਏ ਅਤੇ ਕਸਟਮਰ ਆਉਂਦਾ ਘੱਟੋ ਘੱਟ 10, ਕਿਉਂ ਠੰਡ ਜ਼ਿਆਦਾ, 11:30-11 ਵਜੇ। ਅਤੇ ਹੁਣ ਆਪਾਂ ਸਫਾਈ ਸਫੂਈ ਕਰਦੇ ਹਾਂ, ਫਿਰ ਮਿਲਦੇ ਹਾਂ ਤੁਹਾਡੇ ਨਾਲ। ਆਪਾਂ ਦੁਕਾਨ ਦੀ ਐਡ ਦੀ ਵੀਡੀਓ ਬਣਾਉਣ ਲੱਗੇ ਹਾਂ, ਰੀਲ ਜਿਹੜੀ ਕਿ ਤੁਸੀਂ ਆਲਰੇਡੀ ਦੇਖ ਚੁੱਕੇ ਹੋਗੇ ਇਸ ਪੇਜ ਦੇ ਉੱਤੇ ਜਿਹੜੀ ਪੈ ਗਈ ਅੱਜ, ਤਾਂ ਇਹ ਤਾਂ ਬਲੌਗ ਸ਼ਾਮ ਨੂੰ ਪੈਂਦਾ ਹੈਗਾ। ਹੈਰੀ ਜੀ ਰੈਡੀ ਹੈਗੇ, ਮਾਈਕ ਮੂਕ ਲਾ ਲਿਆ ਅਤੇ ਕੈਮਰਾ ਤਿਆਰ ਆ, ਅਤੇ ਬਣਾਉਣ ਲੱਗਿਆ 11 ਨੰਬਰ ਦੀ, ਕਿ 11 ਨੰਬਰ ਸ਼ੂਜ਼ ਆ ਜਿਹੜਾ ਬਹੁਤ ਘੱਟ ਮਿਲਦਾ ਬਾਜ਼ਾਰ ਦੇ ਵਿੱਚ, ਅਤੇ ਐਤਕੀ ਰੰਗ ਤਾਂ ਇਹ 'ਚ ਇੱਕ ਦੋ ਹੀ ਆਏ ਆ, ਪਰ ਫਿਰ ਵੀ ਚਲੋ ਆਪਾਂ ਜਿਹੜੇ ਕੋਈ ਜਾਣਕਾਰ ਵੀਰ ਨੇ ਕਹਿੰਦੇ ਆ 11 ਨੰਬਰ ਲੈਣਾ, ਉਹਨਾਂ ਵਾਸਤੇ 11 ਨੰਬਰ ਬਹੁਤ ਘੱਟ ਮਿਲਦਾ ਨਾ, ਅਤੇ ਬ੍ਰਾਂਡ ਦੇ ਵਿੱਚ ਤਾਂ ਬਹੁਤ ਘੱਟ, ਹੋਰ ਵੀ ਘੱਟ ਮਿਲਦਾ। ਚਲੋ ਜੀ ਬਣਾਉਂਦੇ ਆਪਾਂ ਨਵੀਂ ਰੀਲ, ਅਤੇ ਇੱਕ ਆ ਜਿਹੜੇ ਕੱਲ੍ਹ ਨਵੇਂ ਆਰਟੀਕਲ ਆਏ ਸੀ ਆਪਣੇ ਕੋਲ, ਉਹਦੀ ਆਪਾਂ ਰੀਲ ਬਣਾ ਦਈਏ, ਫਿਰ ਮਿਲਦੇ ਹਾਂ ਤੁਹਾਡੇ ਨਾਲ। ਹੈਰੀ ਜੀ ਕੋਟ ਪਾ ਰਹੇ, ਤੰਗ ਰਹੇ ਆ, ਪਾ ਨਹੀਂ ਰਹੇ, ਅਤੇ ਠੰਡ ਤਾਂ ਮੈਂ ਤਾਂ ਪਾਇਆ ਹੋਇਆ ਗਾ, 10 ਕੁ ਮਿੰਟ ਛੱਤ 'ਤੇ ਆਏ ਹਾਂ, ਮੈਨੂੰ ਐਸੀ ਧੁੱਪ ਵਗੈਰਾ ਨਿਕਲੀ ਹੋਈ, ਪਰ ਆਸਮਾਨ 'ਚ ਕੋਈ ਕਿਤੇ ਸੂਰਜ ਦਾ ਨਾਮੋ ਨਿਸ਼ਾਨ ਨਹੀਂ ਹੈਗਾ, ਅਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ, ਅਤੇ ਇੱਕ ਪੈਟਰੋਲ ਦੀ ਹਾਹਾਕਾਰ ਮੱਚੀ ਪਈ ਆ, ਹੈ ਤਾਂ ਉਹ ਗਲਤੀ ਆ ਸਿਸਟਮ ਜਾ ਕੇ, ਸਜ਼ਾ ਤਾਂ ਐਕਸੀਡੈਂਟ ਦੀ ਤਾਂ, ਐਕਸੀਡੈਂਟ ਕੇਸ ਬਣ ਸਕਦਾ, ਉਹ ਕਿਹੜਾ ਕਤਲ ਕੀਤਾ ਅਗਲੇ ਨੇ, ਅਤੇ ਪਰ ਚਲੋ ਜਿਵੇਂ ਵੀ ਫੈਸਲਾ ਆਉਂਦਾ ਗਾ। ਪੈਟਰੋਲ ਦੇ ਸਕੂਟਰੀ 'ਚ ਪਾਉਣ ਗਏ ਸੀ ਮੋਟਰਸਾਈਕਲ 'ਚ, ਅਤੇ ਇੰਨੀ ਜ਼ਿਆਦਾ ਭੀੜ ਹੋਈ ਪਈ ਆ ਹਰ ਇੱਕ 'ਤੇ, ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਪੈਟਰੋਲ ਪੰਪਾਂ 'ਤੇ ਭੀੜ ਰਹੀ, ਅਤੇ ਹੁਣ ਗੈਸ ਸਿਲੰਡਰਾਂ ਨੂੰ ਵੀ ਲੈ ਕੇ ਕਹਿੰਦੇ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਆ। ਚਲੋ ਆਪਾਂ ਦੁਕਾਨ 'ਚ ਚੱਲਦੇ ਹਾਂ, ਦੇਖਦੇ ਹਾਂ ਕੀ ਬਣਦਾ। ਮੈਂ ਨਾ ਵੀਡੀਓ ਦੇਖੀ ਜਾਂਦਾ ਜੀ, ਰੀਲਾਂ ਦੇਖੀ ਜਾਂਦਾ ਜੀ, ਤੁਹਾਨੂੰ ਦਿਖਾਉਣਾ ਗਾ, ਲਿਖਿਆ ਵੀ ਦੇਖੇ ਤੇ ਬੜੇ ਭਾਂਡੇ ਪਾਈ ਫਿਰਦਾ ਗਾ, ਸਾਰੇ ਭਾਂਡਿਆਂ ਦਾ ਇੰਸਟਾਗ੍ਰਾਮ 'ਤੇ ਆਹ ਚੀਜ਼ਾਂ ਵਾਲੀਆਂ ਚੱਲਦੀਆਂ ਨੇ, ਥੱਲੇ ਲਿਖਿਆ ਦੇਖੋ
ਕਹਿੰਦਾ ਟੱਬਰ ਸਰ ਰੋਟੀ ਖਾਣ ਤੋਂ ਬੈਠਾ ਪੁੱਤਾ ਆਇਰਨਮੈਨ ਬਣਨ ਨੂੰ ਵਿਹਲ ਨਹੀਂ। ਪੁੱਤ ਆਇਰਨਮੈਨ ਬਣਦਾ ਅਤੇ ਟੱਬਰ ਸਾਰਾ ਭਾਂਡੇ ਦੇਖੋ ਸਾਰੇ ਲਮਕਾਈ ਫਿਰਦਾ। ਹਾਂ ਬਲਾਰ ਪਤਾ ਨਹੀਂ ਤੁਹਾਨੂੰ ਸਾਫ਼ ਦੇਖ ਰਿਹਾ ਕਿ ਨਹੀਂ ਅਤੇ ਬਹੁਤ ਕੁਛ ਆਉਂਦਾ ਇਸ ਤਰ੍ਹਾਂ। ਕਮੈਂਟ ਵੀ ਇਹ 'ਚ ਆਏ ਹੋਣਗੇ ਕਾਫ਼ੀ ਘੈਂਟ ਘੈਂਟ ਤੁਹਾਨੂੰ ਕਮੈਂਟ ਕਹਿੰਦੇ ਪਹਿਲਾ ਕਮੈਂਟ ਕਹਿੰਦਾ ਭਾਂਡਿਆਂ ਵਾਲਾ ਉਰਫਾ ਯਾਦਵ। ਅੱਛਾ ਕਹਿੰਦਾ ਭਾਂਡਿਆਂ ਵਾਲਾ ਉਰਫਾ ਯਾਦਵ ਆ ਗਿਆ ਮਾਰਕੀਟ 'ਚ ਹੁਣ ਉਰਫੀ ਯਾਦਵ ਦਾ ਉਹ ਕੀਤਾ। ਅਤੇ ਇੱਕ ਬਿਜਲੀ ਦੀ ਤਾਰ ਵੀ ਲਗਾ ਦੇਣੀ ਸੀ। ਥੱਲੇ ਕਮੈਂਟ ਦੇਖੋ ਰੋਟੀ ਖਾਣ ਯੋਗੇ ਭਾਂਡੇ ਥਾਲ ਤਸਾਲਾ ਚਿੱਤਰਾ। ਅੱਛਾ ਇਹ ਤਾਂ ਹੋਰ ਹੀ ਆ ਗਿਆ। ਇੰਨਾ ਨਾ ਵੀਡੀਓ ਦੇਖੋ ਸਵਾਦ ਨਾਲ ਜਿੰਨਾ ਕਮੈਂਟ ਪੜ੍ਹ ਰਹੇ ਆ। ਆਹ ਚੀਜ਼ਾਂ ਵੀ ਬਾਈ ਇੰਸਟਾ 'ਤੇ ਚੱਲ ਰਹੀਆਂ ਹੈ ਨਾ। ਅਤੇ ਬਾਕੀ ਤਾਂ ਟੈਲੈਂਟ ਤਾਂ ਅੱਜ ਕੱਲ੍ਹ ਚੱਲਦਾ ਨਹੀਂ, ਕੋਈ ਟੈਲੈਂਟ ਤਾਂ ਕੋਈ ਦੇਖਦਾ ਨਹੀਂ ਅੱਜ ਕੱਲ੍ਹ, ਤਾਂ ਕੁਛ ਹੋਰ ਹੀ ਬਸ ਚੱਲੀ ਜਾਂਦਾ, ਸਾਰਾ ਕੁਛ ਚੱਲੀ ਜਾਂਦਾ ਗਾ। ਠੀਕ ਹੈ ਅਤੇ ਲਓ ਜੀ, ਅਤੇ ਬਹੁਤ ਸਾਰੀਆਂ ਵੀਡੀਓ ਦੇਖ ਦੇਖ ਕੇ ਨੈੱਟ ਜਿਹੜਾ ਸਵੇਰੇ ਖਤਮ ਹੋ ਜਾਂਦਾ ਗਾ ਅਤੇ ਸ਼ਾਮ ਦੇ 5:30-5:30 ਵੱਜ ਗਏ ਅਤੇ ਕੰਮ ਕੁੰਮ ਤਾਂ ਬਸ ਠੰਡ ਕਰਕੇ ਕਸਟਮਰ ਬਾਹਰ ਨਹੀਂ ਨਿਕਲ ਰਿਹਾ, ਘੱਟ ਹੀ ਹੈਗਾ, ਘਰ ਚੱਲਦੇ ਉਦੋਂ ਪਹਿਲਾਂ ਦੇਖਦੇ ਹਾਂ ਕੋਈ ਨਾ ਕੋਈ ਗੱਲਬਾਤ। ਆ ਕੱਲ੍ਹ ਦੇ ਬਲੌਗ ਵਿੱਚ ਕੋਈ ਇੰਟਰਸਟਿੰਗ ਚੀਜ਼ ਦਿਖਾਊਂਗਾ ਤੁਹਾਨੂੰ, ਤੁਹਾਡੇ ਫਾਇਦੇ ਵਾਲੀ, ਜਿੱਥੇ ਕਿ ਫਾਇਦਾ ਹੋਵੇ ਤੁਹਾਡਾ, ਫਾਇਦੇ ਵਾਲੀ ਇਹ ਚੀਜ਼ ਆਪਾਂ ਕੋਈ ਨਾ ਕੋਈ ਇੱਕ ਬਲੌਗ ਦੇ ਵਿੱਚ ਡੇਲੀ ਲੈ ਕੇ ਆਇਆ ਕਰਾਂਗੇ। ਲਓ ਜੀ ਦੁਕਾਨ ਵਧਾ ਕੇ ਆਪਾਂ ਚੱਲੇ ਹਾਂ ਘਰੇ, ਰੋਟੀ ਰੋਟੀ ਖਾਂਦੇ ਹਾਂ ਜਾ ਕੇ, ਠੰਡ ਬਹੁਤ ਹੈਗੀ ਅਤੇ ਨਾਲੇ ਦੇਖਾਂਗੇ ਹੋਲੀਵੁੱਡ ਕੋਈ ਮੂਵੀ। ਹਾਂ ਦੇਖੋ ਜੀ ਘਰੇ ਆ ਕੇ ਅਤੇ ਇਹ ਦੇਖੋ ਕੱਪੜੇ ਲਪੇਟ ਦੀ ਆ ਮੇਰੇ। ਹੈਂ ਦੁੱਧ ਨਾ ਪਾੜਦੀ ਤੂੰ, ਕੀ ਬਣਾਇਆ ਸਬਜ਼ੀ 'ਚ? ਬੰਦ ਗੋਭੀ? ਅੱਛਾ ਆਲੂ ਗੋਭੀ, ਇਹ ਤਾਂ ਮਸਾਲਾ ਭੁੰਨ ਕੇ ਬਣਾਈ ਲੱਗਦੀ। ਕੱਲ ਨੂੰ ਛੁੱਟੀ ਆ ਗਈ ਬਣਾਈ ਜਾਂਦਾ ਆ ਗਈ ਲੱਡੂ ਗੋਪਾਲ ਟੋਪੀ ਲਾਹੀ ਜਾਂਦੇ ਸੀ ਇਹਦੀ। ਹਾਂ ਤੇਰੇ ਕੋਲ ਕੀ ਆ ਓਏ, ਇਹ ਕੀ ਆ ਜੰਗਲ ਦੇਖਾਂ, ਕਿਹੜੀ ਜੰਗਲ ਵੈਲ ਦੇਖਾਂ, ਲੱਡੂ ਗੋਪਾਲ ਨੂੰ ਕੋਲੇ ਰੱਖੀ ਬੈਠੇ ਹੈਗੇ, ਆਣਾ ਛੱਡ ਦਿਓ। ਆਹ ਕੀ ਆ, ਇਹ ਕਿਆ ਹੈ ਜੰਗਲ ਵੈਲ, ਇਹ ਕੈਸੀ ਜੰਗਲ ਵੈਲ ਹੈ, ਪਰਸ ਆਹ ਕੀ ਬਣਾਤਾ ਤੂੰ? ਕਿਹੜੀ ਰੋਟੀ ਤੈਨੂੰ ਰੋਲ ਬਣਾ ਰਹੇ ਆ ਗਿੱਲੀ ਭਾਂਡੇ ਰੋਟੀ ਵੀ ਆਪਣੀ ਆ ਗਈ ਤੇ ਰੋਟੀ ਖਾ ਲਈਏ ਤੇ ਆਪਾਂ ਤੁਹਾਡੇ ਨਾਲ ਮਿਲਾਂਗੇ ਅਗਲੇ ਬਲੌਗ ਦੇ ਵਿੱਚ। ਅੱਜ ਦਾ ਬਲੌਗ ਦੇ ਸਮਾਪਤੀ ਇੱਥੇ ਹੀ ਕਰ ਦਿਆਂਗੇ। ਬਲੌਗ ਚੰਗਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅਗਲੀ ਵੀਡੀਓ 'ਚ ਮਿਲਦੇ ਜੀ, ਬਾਏ ਬਾਏ।